ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ। ਤਾਂ ਦੋਸਤੋ, ਸਭ ਤੋਂ ਪਹਿਲਾਂ ਸਾਰੇ ਦੋਸਤ ਮਿੱਤਰਾਂ ਯਾਰਾਂ ਨੂੰ ਹੈਪੀ ਲੋਹੜੀ, ਅਤੇ ਉਮੀਦ ਕਰਦੇ ਹਾਂ ਇਹ ਲੋਹੜੀ ਤੁਹਾਡੇ ਲਈ ਖੁਸ਼ੀਆਂ ਭਰੀ ਹੋਵੇ। ਅਤੇ ਬਾਕੀ ਬਾਈ ਜੀ, ਆਪਾਂ ਲੈ ਕੇ ਹਾਜ਼ਰ ਹਾਂ ਅੱਜ ਹੋਣ ਵਾਲੇ ਕੁਝ ਕਬੱਡੀ ਟੂਰਨਾਮੈਂਟਾਂ ਦੀ ਅਪਡੇਟ। ਸੋ ਹੋਰ ਆਉਣ ਵਾਲੇ ਕਬੱਡੀ ਕੱਪਾਂ ਦੀ ਜਾਣਕਾਰੀ ਦੇ ਲਈ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤਾਂ ਦੋਸਤੋ, ਅੱਜ ਸਭ ਤੋਂ ਪਹਿਲਾਂ ਵਧੀਆ ਕਬੱਡੀ ਕੱਪ ਹੋਣਾ ਹੈ, ਇਹ ਹੋਵੇਗਾ ਹਰਿਆਣਾ ਦੇ ਵਿੱਚ ਪਿੰਡ ਪਾਲੜੀ, ਜ਼ਿਲ੍ਹਾ ਪਾਣੀਪਤ ਵਿਖੇ। ਇੱਥੇ ਅੱਜ ਓਪਨ ਕਬੱਡੀ ਦੇ ਮੈਚ ਕਰਵਾਏ ਜਾਣਗੇ, ਜਿਨ੍ਹਾਂ ਦੇ ਵਿੱਚ ਦੋ ਖਿਡਾਰੀ ਬਾਹਰੋਂ ਖੇਡ ਸਕਦੇ ਨੇ। ਓਪਨ ਕਬੱਡੀ ਦੇ ਲਈ ਪਹਿਲਾ ਇਨਾਮ 71,000, ਦੂਜਾ ਇਨਾਮ 52,000, ਤੀਜਾ ਅਤੇ ਚੌਥਾ ਇਨਾਮ 11,000, 5 ਤੋਂ ਲੈ ਕੇ 8 ਤੱਕ 3,100, ਅਤੇ ਬੈਸਟਾਂ ਨੂੰ ਵੀ ਇੱਥੇ 41,000 ਰੁਪਏ ਦਿੱਤਾ ਜਾਵੇਗਾ। ਬਾਕੀ ਦੋਸਤੋ, ਜਿਹੜੇ ਅੱਜ ਇੱਥੇ ਖਿਡਾਰੀ ਖੇਡਣਗੇ ਉਸ ਦੇ ਵਿੱਚ ਰਵੀ ਦਿਓਰਾ, ਰਿੰਕੂ ਖਰੇਟੀ, ਅਮਨ ਦਿਓਰਾ, ਵੱਡਾ ਅਮਨ, ਭੋਲਾ ਦਿਓਰਾ, ਭਿੰਡਰ ਦਿਓਰਾ ਅਤੇ ਦੀਪੂ ਦਿਓਰਾ ਹੋਰੀ ਖੇਡਣਗੇ। ਤਾਂ ਦੋਸਤੋ, ਇਹਨਾਂ ਮੈਚਾਂ ਦਾ ਲਾਈਵ ਚੱਲੇਗਾ ਕਬੱਡੀ ਹਰਿਆਣਾ ਟੀਵੀ 'ਤੇ। ਉਸ ਤੋਂ ਅੱਗੇ ਬਾਈ ਜੀ, ਅੱਜ ਕਬੱਡੀ ਦੇ ਮੈਚ ਕਰਵਾਏ ਜਾਣਗੇ ਪਿੰਡ ਧਰਮਕੋਟ, ਜ਼ਿਲ੍ਹਾ ਮੋਗਾ ਵਿਖੇ। ਇੱਥੇ ਅੱਜ ਨਰੋਲ ਓਪਨ ਪਿੰਡ ਪੱਧਰ ਦੇ ਮੈਚ ਕਰਵਾਏ ਜਾਣਗੇ। ਪਿੰਡ ਪੱਧਰ ਦੇ ਲਈ ਪਹਿਲਾ ਇਨਾਮ 31,000 ਅਤੇ ਦੂਜਾ ਇਨਾਮ 21,000 ਰੁਪਇਆ ਰੱਖਿਆ ਗਿਆ ਹੈ। ਤਾਂ ਦੋਸਤੋ, ਇਹਨਾਂ ਮੈਚਾਂ ਦਾ ਲਾਈਵ ਚੱਲੇਗਾ ਪੰਜਾਬ ਲੈਵਲ 'ਤੇ। ਉਸ ਤੋਂ ਅੱਗੇ ਦੋਸਤੋ, ਅੱਜ ਕਬੱਡੀ ਦੇ ਮੈਚ ਹੋਣਗੇ ਪਿੰਡ ਡਰੋਲੀ ਭਾਈ, ਜ਼ਿਲ੍ਹਾ ਮੋਗਾ ਵਿਖੇ। ਇੱਥੇ ਜੇ 36 ਕਿੱਲੋ ਅਤੇ 55 ਕਿੱਲੋ ਦੇ ਮੈਚ ਕਰਵਾਏ ਜਾਣਗੇ। 55 ਦੇ ਵਿੱਚ ਇੱਕ ਖਿਡਾਰੀ ਬਾਹਰੋਂ ਖੇਡ ਸਕਦਾ ਹੈ ਅਤੇ 38 ਕਿੱਲੋ ਨਰੋਲ ਹੋਵੇਗੀ। 55 ਕਿੱਲੋ ਦੇ ਲਈ ਪਹਿਲਾ ਇਨਾਮ 7100, ਦੂਜਾ ਇਨਾਮ 5100, ਬੈਸਟਾਂ ਨੂੰ 11,100। ਉੱਥੇ ਹੀ 38 ਕਿੱਲੋ ਦੇ ਲਈ ਪਹਿਲਾ ਇਨਾਮ 3100 ਅਤੇ ਦੂਜਾ ਇਨਾਮ 2100 ਰੁਪਇਆ ਰੱਖਿਆ ਗਿਆ ਹੈ। ਉਸ ਤੋਂ ਅੱਗੇ ਦੋਸਤੋ, ਅੱਜ ਕਬੱਡੀ ਦੇ ਮੈਚ ਕਰਵਾਏ ਜਾਣਗੇ ਪਿੰਡ ਹੋਵੇਗਾ ਖੋਖਰ, ਹਲਕਾ ਰੋਪੜ ਵਿਖੇ। ਇੱਥੇ ਅੱਜ 45 ਕਿੱਲੋ, 55 ਕਿੱਲੋ ਅਤੇ 65 ਕਿੱਲੋ ਦੇ ਮੈਚ ਕਰਵਾਏ ਜਾਣਗੇ, ਜਿਨ੍ਹਾਂ ਦੇ ਵਿੱਚ ਦੋ ਦੋ ਖਿਡਾਰੀ ਬਾਹਰੋਂ ਖੇਡ ਸਕਦੇ ਨੇ। 65 ਕਿੱਲੋ ਦੇ ਲਈ ਪਹਿਲਾ ਇਨਾਮ 12,000, ਦੂਜਾ ਇਨਾਮ 10,000, 55 ਕਿੱਲੋ ਦੇ ਲਈ ਪਹਿਲਾ ਇਨਾਮ 10,000, ਦੂਜਾ ਇਨਾਮ 8,000। ਉੱਥੇ ਹੀ 45 ਕਿੱਲੋ ਦੇ ਲਈ ਪਹਿਲਾ ਇਨਾਮ 8,000 ਅਤੇ ਦੂਜਾ ਇਨਾਮ 6,000 ਰੁਪਇਆ ਰੱਖਿਆ ਗਿਆ ਹੈ। ਕਿ ਬਾਈ ਜੀ, ਅੱਜ ਕਬੱਡੀ ਦੇ ਮੈਚ ਕਰਵਾਏ ਜਾਣਗੇ ਪਿੰਡ ਦੇਸੂ ਯੋਧਾ, ਸਰਸਾ ਵਿਖੇ। ਇੱਥੇ ਅੱਜ 56 ਕਿੱਲੋ ਅਤੇ 40 ਕਿੱਲੋ ਦੇ ਮੈਚ ਕਰਵਾਏ ਜਾਣਗੇ, 56 ਦੇ ਵਿੱਚ ਇੱਕ ਖਿਡਾਰੀ ਅਤੇ 40 ਕਿੱਲੋ ਨਰੋਲ ਹੋਵੇਗੀ। ਇੱਥੇ 56 ਕਿੱਲੋ ਦੇ ਲਈ ਪਹਿਲਾ ਇਨਾਮ 6,100, ਦੂਜਾ ਇਨਾਮ 4,100, ਬੈਸਟਾਂ ਨੂੰ 11,100। ਉੱਥੇ ਹੀ 40 ਕਿੱਲੋ ਦੇ ਲਈ ਪਹਿਲਾ ਇਨਾਮ 4,100, ਦੂਜਾ ਇਨਾਮ 3,100 ਅਤੇ ਬੈਸਟਾਂ ਨੂੰ 1 ਕਿੱਲੋ ਬਦਾਮ ਦਿੱਤੇ ਜਾਣਗੇ। ਤਾਂ ਬਾਈ ਜੀ, ਇਹ ਸੀ ਅੱਜ ਹੋਣ ਵਾਲੇ ਕੁਝ ਕਬੱਡੀ ਦੇ ਮੈਚ। ਬਾਕੀ ਬਾਈ, ਹੋਰ ਆਉਣ ਵਾਲੇ ਕਬੱਡੀ ਕੱਪਾਂ ਦੀ ਜਾਣਕਾਰੀ ਦੇ ਲਈ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਇਸ ਤੋਂ ਇਲਾਵਾ ਬਾਈ ਜੀ, ਆਪਾਂ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਨਾਲ।